क्रिकेट वर्ल्ड कप की महाजंग आज से शुरू हो गई है वर्ल्ड कप 2023 के लिए पतंगों के इस कारीगर ने अनोखे अंदाज में तैयारी की है ये पतंगे वर्ल्ड कप के लिए बनाए है। और हर पतंग पर हर टीम के कप्तान का फोटो आईसीसी ट्रॉफी के साथ लगाया है इन खास पतंगों को तैयार करने में एक महीने का वक्त लगा है इन पर भारत पाकिस्तान नीदरलैंड न्यूजीलैंड ऑस्ट्रेलिया दक्षिण अफ्रीका बांग्लादेश श्रीलंका अफगानिस्तान और इंग्लैंड के कप्तानों की फोटो है जगमोहन का कहना है कि ये पतंगे उन्होंने विश्व कप में भाग लेने वाली टीमों का उत्साह बढ़ाने के लिए बनाई है उन्होंने कहा है कि हर बार की तरह भारतीय टीम बेहतर प्रदर्शन करेगी और विश्व कप 2023 की ट्रॉफी भारत ही जीतेगा जगमोहन कनौजिया का अपनी कारीगरी के लिए देश में जाने जाते हैं और अब तक उन्होंने अट्ठाईस राष्ट्रीय रिकॉर्ड और दस विश्व रिकॉर्ड सहित अड़तीस रिकॉर्ड बनाए हैं 4 ਸਾਲਾਂ ਦੇ ਬਾਅਦ ਭਾਰਤ ਦੇ ਵਿੱਚ ਫਿਰ ਉਹੀ ਤਿਹਾੜ ਆ ਰਿਹਾ ਜਿਸ ਦੀ ਸਭ ਨੂੰ ਉਡੀਕ ਰਹਿੰਦੀ ਹੈ ਹੁਣ ਤੁਸੀਂ ਕਹਿੰਦੇ ਹੋਗੇ ਕਿ ਕਿਹੜਾ ਤਿਹਾੜ ਹੈ ਸਾ ਜਿਹੜਾ 4 ਸਾਲ ਬਾਅਦ ਆ ਰਿਹਾ ਤੇ ਜਿਵੇਂ ਮੈਂ ਗੱਲ ਕਰ ਰਿਹਾ ਆਈਸੀਸੀ ਇੰਟਰਨੈਸ਼ਨਲ 1 ਡੇ ਕ੍ਰਿਕਟ ਵਰਲਡ ਕੱਪ ਦੀ ਇਸ ਵਾਰ ਵੀ ਅੰਮ੍ਰਿਤਸਰ ਤੋਂ ਜੋ ਪਤੰਗਾਂ ਦੇ ਕਾਰੀਗਰ ਨੇ ਉਹਨਾਂ ਦੇ ਵੱਲੋਂ ਖਾਸ ਪਤੰਗਾਂ ਤਿਆਰ ਕੀਤੀਆਂ ਗਈਆਂ ਨੇ ਇਸ ਵਾਰ ਦੇ ਵਰਲਡ ਕੱਪ ਨੂੰ ਲੈ ਕੇ 2023 ਦੇ ਜੋ ਵਰਲਡ ਕੱਪ ਆ ਰਿਹਾ ਉਸ ਸੰਬੰਧੀ ਹੋਰ ਤੁਸੀਂ ਦੇਖ ਸਕਦੇ ਹੋ ਕਿ ਸੱਜੇ ਖੱਬੇ ਇਹ ਵਕ ਵਕ ਜੋ ਟੀਮਾਂ ਨੇ ਜੋ ਇਸ ਵਾਰ ਇਸ ਵਰਲਡ ਕੱਪ ਵਿੱਚ ਸ਼ਮੂਲੀਅਤ ਕਰਨ ਗਿਆ ਤਾਂ ਉਹਨਾਂ ਦੇ ਕਪਤਾਨਾਂ ਦੀਆਂ ਜੋ ਉਹ ਇੱਥੇ ਲਗਾਈਆਂ ਗਈਆਂ ਨੇ ਕਹਿ ਸਕਦੇ ਹਾਂ ਕਿ ਇੱਕ ਕਾਰੀਗਰੀ ਦੇ ਸਦਕਾ ਇੱਕ ਆਪਣੀ ਕਾਰੀਗਰੀ ਨੂੰ ਵੱਖਰੇ ਢੰਗ ਨਾਲ ਪਰੋਇਆ ਗਿਆ ਔਰ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਜੋ ਟੀਮ ਇੰਡੀਆ ਜਿੱਥੇ ਵਿੱਚ ਇੱਕ ਪਾਸੇ ਵਿਰਾਟ ਕੋਹਲੀ ਨੇ ਇੱਕ ਪਾਸੇ ਕੇਅਰ ਰਾਹੁਲ ਨੇ ਜੋ ਵੱਖ-ਵੱਖ ਖਿਡਾਰੀ ਇਸ ਵਾਰ ਭਾਰਤ ਦੇ ਟੀਮ ਦੇ ਵਜੋਂ ਕਹਿ ਸਕਦੇ ਹਾਂ ਕਿ ਇਸ ਵਾਰ ਖੇਡਣਗੇ ਉਹਨਾਂ ਦੀ ਇੱਥੇ ਤਸਵੀਰਾਂ ਲਗਾਈਆਂ ਗਈਆਂ ਤੇ ਨਾਲ ਹੀ ਵਿੱਚ ਚਮਕਮਾਨਦੀ ਉਹ ਟਰੋਫੀ ਹੈ ਜਿਸ ਨੂੰ ਕਿ ਭਾਰਤ ਪਹਿਲਾਂ ਵੀ 1983 ਵਿੱਚ ਜਦ ਕਪਿਲਦੇਵ ਬਤਾਰ ਕਪਤਾਨ ਸੀ ਤਾਂ ਉਦੋਂ ਵੀ ਜਿੱਤ ਹਾਸਲ ਕੀਤੀ ਸੀ ਉਸ ਤੋਂ ਬਾਅਦ 2011 ਵਿੱਚ ਮਹਿੰਦਰ ਸਿੰਘ धोनी ਨੇ ਜਦੋਂ ਕਪਤਾਨੀ ਕੀਤੀ ਸੀ ਤਾਂ ਉਦੋਂ ਵੀ ਇੰਡੀਆ ਦੀ ਝੋਲੀ 'ਇਹ' ਟਰੋਫੀ ਆਈ ਸੀ ਤੇ ਹੁਣ ਇਸ ਵਾਰ 2023 ਦੇ ਵਿੱਚ ਕਿਸ ਦੀ ਕਹਿ ਸਕਦੇ ਆ ਕਿਸਮਤ ਖੁੱਲਦੀ ਹੈ ਕਿਹੜੀ ਟੀਮ ਇਸਨੂੰ ਲਾ ਜਾਂਦੀ ਹੈ ਪਰ ਉਸ ਸਭ ਤੋਂ ਚਰਚਾ ਕਰਾਂਗੇ ਸਾਡੇ ਨਾਲ ਇਸ ਵਕਤ ਕਾਰੀਗਰ ਜਗਮੋਹਨ ਕਰੋਜੀਆਂ ਨੇ ਜਿਨ੍ਹਾਂ ਨੇ ਹੁਣ ਤੱਕ 38 ਰਿਕਾਰਡ ਕਾਇਮ ਕੀਤੇ ਨੇ ਜਿਨ੍ਹਾਂ ਵਿੱਚੋਂ 28 ਨੈਸ਼ਨਲ ਰਿਕਾਰਡ ਨੇ ਤੇ 10 ਵਰਲਡ ਰਿਕਾਰਡ ਨੇ ਅੱਜ ਆਪਣੀ ਕਾਰੀਗਰੀ ਦੇ ਸਦਕਾ ਇੱਕ ਖਾਸ ਕਹਿ ਸਕਦੇ ਆ ਕਿ ਇੱਕ ਪੈਗਾਮ ਲੈ ਕੇ ਆਏ ਨੇ ਵਰਲਡ ਕੱਪ ਦੇ ਮੌਕੇ ਤੱਕੀ ਸੋਚ ਆਈ ਔਰ ਜਿਸ ਤਰ੍ਹਾਂ ਕੀ ਹਰ ਵਾਰੀ ਤੁਸੀਂ ਕੁਛ ਨਾ ਕੁਛ ਉਲਖਣ ਤਿਆਰ ਕਰਦੇ ਹੋ ਤੇ ਇਸ ਨੂੰ ਤਿਆਰ ਕਰਨ ਦੀ ਕੀ ਸੋਚ ਸੀ ਸਾਡੇ ਭਾਰਤ ਦੇ ਵਿੱਚ ਜਿਹੜਾ ਵਰਲਡ ਕੱਪ 2023 5 ਅਕਤੂਬਰ ਨੂੰ ਖੇਡਿਆ ਜਾ ਰਿਹਾ ਜੀ ਉਹਦੇ ਵਾਸਤੇ ਮੈਂ ਵਿਸ਼ੇਸ਼ ਪਤੰਗਾਂ ਬਣਾਈਆਂ ਨੇ ਤੇ ਮੈਂ ਸਾਰੇ ਦਰਸ਼ਕਾਂ ਵਾਂਗ ਮੈਂ ਇਹ ਕ੍ਰਿਕਟ ਖਿਡਾਰੀਆਂ ਦਾ ਉਤਸਾਵ ਵਧਾ ਰਿਆਂ ਆ ਉਹਨਾਂ ਦੇ ਉਤਸਾਵ ਵਧਾਣ ਲਈ ਜਿੰਨੇ ਵੀ ਸਾਡੇ ਦੇਸ਼ਾਂ ਦੇ ਕੈਪਟਨ ਇੱਥੇ ਕ੍ਰਿਕਟ ਖੇਡਣ ਆ ਰਹੇ ਨੇ ਮੈਂ ਉਹਨਾਂ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਬਣਾ ਕੇ ਉਹਨਾਂ ਦਾ ਭਾਰਤ ਵਿੱਚ ਵੈਲਕਮ ਕੀਤਾ ਉਦੇ ਨਾਲ ਹੀ ਭਾਰ ਦੇ ਜਿਹੜੇ ਸਾਡੇ ਕਪਤਾਨ ਅਗੇ ਰੋਹਿਤ ਸ਼ਰਮਾ ਜੀ ਤੇ ਟੀਮ ਇੰਡੀਆ ਨੂੰ ਮੈਂ ਸ਼ੁਭ ਕਾਮਨਾਵਾਂ ਦਿੱਤੀਆਂ ਕਿ ਜਿਹੜਾ ਵਰਲਡ ਕੱਪ ਦੀ ਟਰੋਫੀ ਜਿਹੜੀ ਹੈ ਕਿ 2023 ਦੀ ਆ ਰਹੀ ਹੈ ਇਹ ਸਾਡੀ ਭਾਰ ਦੀ ਝੋਲੀ ਵਿੱਚ ਹੀ ਆਵੇ ਸਾਡੇ ਕ੍ਰਿਕਟ ਪ੍ਰੇਮੀਆਂ ਨੂੰ ਬੜੀ ਉਮੀਦ ਹੈ ਕਿ ਜਿਹੜਾ ਵਰਲਡ ਕੱਪ ਹੈ ਸਾਡੇ ਭਾਰਤ ਵਿੱਚ ਹੀ ਆਏਗਾ ਜੋ ਕਿ ਬੜੇ ਸ਼ੌਂਕ ਸ਼ੌਕਤ ਨਾਲ ਤੇ ਬੜੇ ਉਤਸ਼ਾਹ ਪੂਰਵਕ ਖੇਡਿਆ ਜਾ ਰਿਹਾ ਜੀ ਹੌਸਲਾ ਫੁਜਾਈ ਵਜੋਂ ਤੁਹਾਡੇ ਵੱਲੋਂ ਇਹ ਪਤੰਗਾ ਖਾਸ ਤਿਆਰ ਕੀਤੇ ਗਏ ਤਾਂ ਕਿੰਨੀ ਮਿਹਨਤ ਲੱਗੀ ਇਹ ਸਭ ਨੂੰ ਤਿਆਰ ਕਰਨ ਲਈ ਮੈਨੂੰ ਜੀ 1 ਮਹੀਨਾ ਹੋ ਗਿਆ ਜੀ ਪਤੰਗਾਂ ਤਿਆਰ ਕਰਨ ਚ ਮੈਨੂੰ ਮੈਂ ਵੇਖਿਆ ਸੀ ਕਿ ਜਦੋਂ ਵਰਲਡ ਕੱਪ ਆਏਗਾ ਜਦੋਂ ਵੀ ਕੋਈ ਵਰਲਡ ਕੱਪ ਆਂਦਾ ਮੈਂ ਪਤੰਗਾਂ ਦੇ ਰਾਏ ਵਿਧਾਈ ਦੇਣਾ ਤੇ ਸ਼ੁਭ ਕਾਮਨਾਵਾਂ ਦੇਣਾ ਤੇ ਸਾਰੇ ਜਿਹੜੇ ਖਿਡਾਰੀਆਂ ਦੀ ਮੈਂ ਹੌਸਲਾ ਭਜਾਈ ਕਰਦਾ ਮੈਂ ਉਹਨਾਂ ਦੀ ਹੌਸਲਾ ਭਜਾਈ ਕੀਤੀ ਆਪਣੇ ਦੇਸ਼ ਨੂੰ ਵਧਾਈ ਦਿੱਤੀ ਹੈ ਉਹਨਾਂ ਨੂੰ ਬੁਲਾਉਣ ਦੀ ਵੈਲਕਮ ਕੀਤਾ ਤੇ ਇਸ ਕਰਕੇ ਮੈਂ ਸਾਰੇ ਕਪਤਾਨਾਂ ਦੀਆਂ ਪਤੰਗਾਂ ਤਿਆਰ ਕੀਤੀਆਂ ਜਿਨ੍ਹਾਂ ਦਾ ਵੈਲਕਮ ਕੀਤਾ ਤੇ ਭਾਰਤ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਇਹ ਵਰਲਡ ਕੱਪ ਖੇਡਣ ਵਾਸਤੇ ਜਿੱਤੇ ਕਿ ਵਕ ਵਕ ਕਹਿ ਸਕਦੇ ਹਾਂ ਕਿ ਇੱਕ ਪਾਸੇ ਸਾਊਥ ਅਫਰੀਕਾ ਨੀਦਰਲੈਂਡ ਹੋਰ ਆਸਟ੍ਰੇਲੀਆ ਸਮੇਤ ਵਕ ਵਕ ਟੀਮਾਂ ਜੋ ਇਸ ਵਾਰ ਹਿੱਸਾ ਲੈ ਰਹੀਆਂ ਹਨ ਉਹਨਾਂ ਦੇ ਕਪਤਾਨਾਂ ਦੀਆਂ ਫੋਟੋਆਂ ਨੇ ਪਰ ਖਾਸ ਜੋ ਬਾਬਰ ਆਜ਼ਮ ਦੀ ਜਿੱਥੇ ਇੱਕ ਤਸਵੀਰ ਜੋ ਇੱਕ ਪਤੰਗ ਤਿਆਰ ਕੀਤੀ ਗਈ ਜਦੇ ਥੱਲੇ ਲਿਖਿਆ ਗਿਆ ਆइए ਆਪਕਾ ਇੰਤਜ਼ਾਰ ਹੈ ਤੇ ਖਾਸ ਕੀ ਦਰਸਾਇਆ ਗਿਆ ਜੀ ਜਿਹੜੇ ਸਾਡੇ ক্রিকেট ਹੈ ਜੀ ਅਸੀਂ ਪਾਕਿਸਤਾਨ ਵਗੈਰ ਸਾਡੇ ক্রিকেট ਅੱਛੀ ਨਹੀਂ ਬੰਨੀ ਜਾਂਦੀ ਸਾਡਾ ਜਿਹੜਾ ਮੇਨ ਖੇਲ ਹੈ ਪਾਕਿਸਤਾਨ ਨਾਲ ਹੁੰਦਾ ਇਹਨਾਂ ਵਗੈਰ ਟੀਮਾਂ ਸਾਰੀਆਂ ਅਧੂਰੀਆਂ ਨੇ ਤੇ ਇਹਨਾਂ ਦਾ ਸਾਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀਗਾ ਕਿ ਆ ਵੀ ਸਾਡੇ ਇੰਡੀਆ ਆ ਜਾਣਗੇ ਤੇ ਸਾਡੇ ਦੇਸ਼ ਵਿੱਚ ਆ ਕੇ ক্রিকেট ਖੇਡਣਗੇ ਕਿਉਂਕਿ ਇਹਨਾਂ ਦਾ ਜਿਸ ਦਿਨ ਸਾਡਾ ক্রিকেট ਦਾ ਮੈਚ ਹੁੰਦਾ ਸਾਡੇ ਭਾਰਤ ਵਾਸੀ ਜਾਂ ਸਾਰੇ ਦੇਸ਼ ਬੜੇ ਉਤਸ਼ਾਹਪੂਰਵ ਵੇਖਦੇ ਨੇ ਤੇ ਮੇਨ ਜਿਹੜਾ ਕੰਪੀਟੀਸ਼ਨ ਇੰਡੀਆ ਤੇ ਪਾਕਿਸਤਾਨ ਦੇ ਮੈਚਾਂ ਦਾ ਹੀ ਹੁੰਦਾ ਤੇ ਇਸ ਕਰਕੇ ਮੈਂ ਬਾਬਰ ਆਜ਼ਮ ਜੀ ਦਾ ਵੈਲਕਮ ਕੀਤਾ ਤੇ ਉਹਨਾਂ ਦਾ ਇੰਤਜ਼ਾਰ ਕੀਤਾ ਕਿ ਆਕੇ ਸਾਡੇ ਦੇਸ਼ ਚ ਵਰਲਡ ਕੱਪ ਖੇਡੋ ਜੀ ਤੇ ਉੱਥੇ ਹੀ ਦੇਖਿਆ ਜਾਵੇ ਤਾਂ ਜਿੱਤੇ ਕੀ ਰੰਗ ਭਰੰਗੀਆਂ ਵਕ ਵਕ ਰੰਗਾਂ ਦੇ ਚ ਪਤੰਗਾਂ ਤਿਆਰ ਕੀਤੀਆਂ ਗਈਆਂ ਤਾਂ ਕਹਿ ਸਕਦੇ ਆ ਕਿ ਭਾਰਤ ਦੀ ਸਰਦਮਿਨ ਤੇ ਹੁਣ 5 ਅਕਤੂਬਰ ਤੇ ਇੱਥੇ ਵਰਲਡ ਕੱਪ ਸ਼ੁਰੂ ਹੋਣ ਲੱਗਾ ਤੇ ਛੱਕੇ ਚੌਕੇ ਦੀ ਜੋ ਬੁਸ਼ਾਰਾ ਉਬੇ ਇੱਕ ਪਾਸੇ ਚਲੂ ਹੁੰਦੀ ਹੈ ਵਿਖਾਈ ਦੇਗੀ ਅਸੀਂ ਇਹ ਕਹਿ ਰਹੇ ਹਾਂ ਸਾਡੇ ਜਿਹੜੇ ਮਹਾਨ ਬੱਲੇਬਾਜ਼ ਸਾਡੀ ਭਾਰਤ ਦੀ ਕ੍ਰਿਕਟ ਇਸ ਟਾਈਮ ਇਸ ਟਾਈਮ ਬਹੁਤ ਮਜ਼ਬੂਤ ਹੈ ਸਾਰੇ ਬੱਲੇਬਾਜ਼ ਬਹੁਤ ਅੱਛੇ ਨੇ ਇਹ ਚੋਕੇ ਛੱਕਿਆਂ ਦੀ ਵਿਚਾਰਨਾ ਸਾਨੂੰ ਜਿਹੜਾ ਵਰਲਡ ਕੱਪ ਦਾ ਜਿਹੜਾ ਇੰਜੋਏ ਕਰਾਂਗੇ ਸਾਨੂੰ ਮਜ਼ਾ ਆਏਗਾ ਜਦੋਂ ਇਹ ਚੋਕੇ ਛੱਕੇ ਲਗਾ ਕੇ ਬਾਕੀ ਟੀਮਾਂ ਨੂੰ ਵੀ ਹਰਾਣਗੇ ਤਾਂ ਸਾਡੇ ਦੇਸ਼ ਦਾ ਭਾਰਤ ਦਾ ਨਾਂ ਰੋਸ਼ਨ ਹੋਏਗਾ ਅਸੀਂ ਚਾਹੁੰਦੇ ਜਿਸ ਤਰ੍ਹਾਂ ਕਪਿਲ ਦੇਵਰੇ ਲੈ ਕੇ ਵਰਲਡ ਕੱਪ ਲੈ ਕੇ ਆਏ ਸੀਗੇ ਉਸ ਤਰ੍ਹਾਂ ਇੱਕ ਵਾਰੀ ਫੇਰ ਵਰਲਡ ਕੱਪ ਸਾਡੇ ਭਾਰਤ ਵਿੱਚ ਹੀ ਰੋਹਿਤ ਸ਼ਰਮਾ ਜੀ ਲੈ ਕੇ ਆਣ ਜੀ ਤਾਂ ਬਿਲਕੁਲ ਇੱਕ ਆਸ ਇੱਕ ਉਡੀਕ ਰਹਿੰਦੀ ਹੈ ਕਿ ਜਦ ਕਦ ਵਰਲਡ ਕੱਪ ਆਏਗਾ ਤਾਂ ਜਿੱਥੇ ਕਿ 4 ਸਾਲ ਬਾਅਦ ਵਰਲਡ ਕੱਪ ਆਉਂਦਾ ਤਾਂ ਜੋ ਕ੍ਰਿਕਟ ਦੇ ਪ੍ਰੇਮੀ ਨੇ ਉਹਨਾਂ ਦੇ ਵਿੱਚ ਅਕਸਰ ਇੱਕ ਉਸੁਕਤਾ ਰਹਿੰਦੀ ਹੈ ਕਿ ਇਸ ਵਾਰ ਕੀ ਖਾਸ ਦੇਖਣ ਨੂੰ ਮਿਲੇਗਾ ਕਿਹੜੀ ਟੀਮ ਇਸ ਵਾਰ ਆਪਣੀ ਜੋ ਕਹਿ ਸਕਦੇ ਹਾਂ ਕਿ ਬਿਹਤਰੀ ਟੰਗ ਨਾਲ ਆਪਣਾ ਪ੍ਰਦਰਸ਼ਨ ਕਰੇਗੀ ਖੇਡ ਦਾ ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਰੋਹਿਤ ਸ਼ਰਮਾ ਜੋ ਕਿ ਭਾਰਤ ਦੀ ਟੀਮ ਦੀ ਇਸ ਵਾਰ ਕਪਤਾਨੀ ਕਰਨਗੇ ਤਾਂ ਉਹ ਖਾਸ ਜੋ ਚਮਚਮਾਉਂਦੀ ਹੋਈ ਉਹੀ ਟਰੋਫੀ ورلڈ ਕੱਪ ਦੀ ਜੋ ਹਰ ਉਸ ਕਪਤਾਨ ਦੀ ਇਸ ਵਾਰ ਖੁਆਇਸ਼ ਰਹਿੰਦੀ ਹੈ ਕਿ ਇਸ ਵਾਰ ਇਹਨੂੰ ਆਪਣੀ ਝੋਲੀ ਲੈ ਕੇ ਆਪਣੇ ਦੇਸ਼ ਦੀ ਝੋਲੀ ਪਾਈਏ ਤਾਂ ਕਿਤਨਾ ਕੀਤੇ ਜਿੱਥੇ ਕਿ ਪਹਿਲਾਂ ਜੋ ਦੌਰ ਇੱਕ ਬੀਤਿਆ ਸੀ 2011 ਦੇ ਵਿੱਚ ਭਾਰਤ ਦੀ ਝੋਲੀ ਇਹ ਟਰੋਫੀ ਆਈ ਸੀ ਤਾਂ ਇਸ ਵਾਰ ਵੀ ਉਹ ਯੋਗ आसार ਕਈ ਲਗਾਈਆਂ ਜਾ ਰਹੀਆਂ ਨੇ ਕਿ ਭਾਰਤ ਦੀ ਟੀਮ ਇਸ ਵਾਰ ਵੀ ਆਪਣਾ ਵਧੀਆ ਪ੍ਰਦਰਸ਼ਨ ਕਰਕੇ ਇਸ ਟੀਮ ਜੋ ਟਰੋਫੀ ਹੈ ਇਸ ਨੂੰ ਆਪਣੀ ਝੋਲੀ ਪਾਏਗੀ ਔਰ ਹੁਣ ਵੀ ਖਾਸ ਜੋ ਕਹਿ ਸਕਦੇ ਹਾਂ ਕਿ ਇੱਕ ਪਾਸੇ ਬੰਗਲਾਦੇਸ਼ ਹੋਵੇ ਨੀਦਰਲੈਂਡ ਹੋਵੇ ਵਕ ਵਕ ਜੋ ਜਿੰਨੀਆਂ ਵੀ ਟੀਮਾਂ ਇਸ ਵਾਰ ਇਸ ਵਿੱਚ ਸ਼ਮੂਲੀਅਤ ਕਰਨਗੀਆਂ ਉਹਨਾਂ ਸਾਰਿਆਂ ਦੀ ਜੋ ਖਾਸ ਤਸਵੀਰਾਂ ਹੈ ਉਹ ਪਤੰਗਾਂ ਦੇ ਵਿੱਚ ਪਰੋਈਆਂ ਗਈਆਂ ਨੇ ਔਰ ਕਾਰੀਗਰ ਜਗਮੋਹਨ ਕਨੋਜੀ ਆਪਣੀ ਕਾਰਿਗਰੀ ਦੇ ਸਦਕਾ ਹੀ ਜਾਣੇ ਜਾਂਦੇ ਨੇ ਔਰ ਹਰ ਕਾਰਿਗਰ ਦੀ ਇਹ ਖੁਆਇਸ਼ ਹੁੰਦੀ ਹੈ ਕਿ ਮੈਂ ਆਪਣੀ ਕਾਰਿਗਰੀ ਨੂੰ ਹੋਰ ਬਿਹਤਰ ਕਰਨ ਦੇ ਲਈ ਕੁਛ ਨਾ ਕੁਛ ਨਵਾਂ ਕਰਦਾ ਰਾਂ ਤੇ ਅੱਜ ਉਸੇ ਸਦਕਾ ਇੱਕ ਹੌਸਲਾ ਵਜਾਈ ਕਰਨ ਵਜੋਂ ਜਿੱਥੇ ਕਿ ਕਹਿ ਸਕਦੇ ਆ ਕਿ ਇੱਕ ਪ੍ਰੇਮ ਦੀ ਭਾਵਨਾ ਵੀ ਨਜ਼ਰ ਆਈ ਕਿ ਜਿੱਥੇ ਹੋਰਨਾਂ ਦੇਸ਼ਾਂ ਦੇ ਤvare ਕਪਤਾਨਾਂ ਦੁਆਨਾਂ ਨੇ ਪਤੰਗਾਂ ਦੇ ਰਾਹੀਂ ਸਵਾਗਤ ਕੀਤਾ ਔਰ ਭਾਰਤ ਦੇ ਉਹਨਾਂ ਜਾਵਾਜ਼ਾਂ ਲਈ ਵੀ ਹੌਸਲਾ ਵਜਾਈ ਕੀਤੀ ਕਿ ਉਹ ਵੀ ਇਸ ਵਾਰ ਹੌਸਲਿਆਂ ਦੇ ਨਾਲ ਕ੍ਰਿਕਟ ਖੇਡਣ ਅਤੇ ਇਸ ਟਰੋਫੀ ਨੂੰ ਭਾਰਤ ਦੀ ਚੋਲੀ ਪਾਉਣ ਅੰਮ੍ਰਿਤਸਰ ਤੋਂ ਨਿਤਿਸ਼ ਸਬਰਵਾਲ ਨਿਊਜ਼ ਇਟਨ ਪੰਜਾਬ